ਹੈਗਾ ਤੁਹਾਨੂੰ ਭੇਜਣ ਨੂੰ ਮੇਰਾ ਤਾਂ ਜੀ ਕਰਦਾ ਵਾ ਮੈਂ ਤੁਹਾਡੇ ਨਾਲ 4 ਦਿਨ ਰਹਾਵਾਂ ਚੱਕਰ ਜਿਵੇਂ ਆਉਣ ਲੱਗੇ ਸੀ ਭਾਬੀ ਕੀ ਹੋ ਗਿਆ ਜਾਲੇ ਡਰਾਮੇ ਕਰਨ ਦੀ ਦੀਦੀ ਲੋੜ ਨਹੀਂ ਹੈਗੀ ਤੇ ਜੋ ਕੁਝ ਹੋਇਆ ਨਾ ਤੁਹਾਡੀ ਵਜ੍ਹਾ ਨਾਲ ਹੀ ਹੋਇਆ ਵਾ ਇਹਨਾਂ ਨੂੰ ਨਹੀਂ ਪੈਸੇ ਮਿਲੇ ਹੈਗੇ ਤਾਂ ਇੰਨਾ ਔਖਾ ਹੋ ਗਿਆ ਇਹ ਤਾਂ ਮੈਂ ਕਦੇ ਇੰਨੀ ਔਖੀ ਹੁੰਦੀ ਨਹੀਂ ਸੀਗੀ ਤੇ ਕੋਲੇ ਜੇ ਤਾਂ ਤੁਸੀਂ ਪੈਸੇ ਦੇਣੇ ਆ ਦੇ ਦਿਓ ਨਹੀਂ ਮੈਂ ਚਲੀ ਜਾਨੀ ਉੱਠ ਕੇ ਦੂਜੀ ਗੱਲ ਮੇਰੇ ਨਾਲ ਕਰਨ ਦੀ ਲੋੜ ਨਹੀਂ ਹੈਗੀ ਮੇਰਾ ਮਨ ਦੁਖੀ ਕਰਕੇ ਰੱਖਤਾ ਮੈਂ ਲੱਗਦਾ ਫੋਨ ਵੱਜਦਾ ਲੱਪਰੀ ਦਾ ਫੋਨ ਹਾਂ ਸਤਿ ਸ਼੍ਰੀ ਅਕਾਲ ਹੋਰ ਕਿੱਦਾਂ ਹੋ ਠੀਕ ਹੋ ਤੁਸੀਂ ਹਾਂ ਮੈਂ ਤਾਂ ਠੀਕ ਹਾਂ ਪੁੱਤ ਤੂੰ ਦੱਸ ਕਿਵੇਂ ਆ ਠੀਕ ਆ ਕੀ ਹੋ ਗਿਆ ਮੰਮੀ ਇੱਦਾਂ ਕਦੋਂ ਤੁਸੀਂ ਬੋਲਦੇ ਹੋ ਮੈਨੂੰ ਤਾਂ ਇੱਦਾਂ ਲੱਗਦਾ ਜਿੱਦਾਂ ਤੁਸੀਂ ਕੋਈ ਦੁਖੀ ਦੁਖੀ ਜੇ ਹੁੰਦੇ ਹੋ ਤੁਹਾਡੀ ਆਵਾਜ਼ ਹੀ ਇੱਦਾਂ ਲੱਗਦੀ ਹੈ ਕੋਈ ਗੱਲ ਹੋਈ ਆ ਗੱਲ ਤਾਂ ਕੀ ਹੋਣੀ ਆ ਪੁੱਤ ਤੇਰੀ ਭਾਬੀ ਆਈ ਸੀਗੀ ਮੇਰੇ ਕੋਲ ਕਹਿੰਦੀ ਸੀ ਮੈਨੂੰ ਥੋੜ੍ਹੇ ਜਿਹੇ ਮੰਮੀ ਪੈਸੇ ਦੇ ਦੇ ਮੈਂ ਫਿਰ ਤੇਰੀਆਂ ਗੱਲਾਂ ਕਹਿਤੀਆਂ ਇਹਨੂੰ ਇੱਕ ਦੋ ਵੀ ਜਿਵੇਂ ਤੇਰੇ ਨਾਲ ਬੀਤੀ ਆ ਉਹ ਗੱਲਾਂ ਅਤੇ ਫਿਰ ਉਹਨੇ ਗਲਤੀ ਤਾਂ ਕੀ ਮੰਨਣੀ ਸੀਗੀ ਉਹ ਗੱਲਾਂ ਸੁਣ ਕੇ ਹਰਖ ਦੀ ਮਾਰੇ ਉੱਠ ਕੇ ਚਲੀ ਗਈ ਉਹਨੇ ਇੰਨੀ ਗੱਲ ਵੀ ਨਹੀਂ ਕਹੀ ਵੀ ਕੋਈ ਨਾ ਮੰਮੀ ਮੇਰੇ ਤੋਂ ਗਲਤੀ ਹੋ ਗਈ ਕੋਈ ਨਾ ਮੈਂ ਦੀਦੀ ਨੂੰ ਆਪ ਹੀ ਬੁਲਾ ਲੈਂਦੀ ਹਾਂ ਕੋਈ ਨਾ ਵੀ ਜਿਹੜਾ ਆਈ ਨਹੀਂ ਹੈਗੀ ਇੰਨਾ ਚਿਰ ਤੋਂ ਪਾਉਂਦੀ ਨਹੀਂ ਹੈਗੀ ਉਹਨੂੰ ਮੈਂ ਆਪ ਹੀ ਫੋਨ ਕਰਕੇ ਉਹਨੂੰ ਉਰੇ ਸੱਦ ਲੈਂਦੀ ਹਾਂ ਇਹ ਗੱਲ ਤਾਂ ਉਹਨੇ ਹੋਈ ਨਹੀਂ ਕਹੀ ਉੱਠ ਕੇ ਤੁਰਦੀ ਲੱਗੀ ਸਮਾਂ ਬੋਲੀ ਗਈ ਹੈ ਹੋਰ ਤੈਨੂੰ ਕੀ ਦੱਸਾਂ ਹੁਣ ਪੁੱਤ ਮੇਰਾ ਮਨ ਬਹੁਤ ਦੁਖੀ ਆ ਕਦੇ ਇੰਨਾ ਟਾਈਮ ਤੂੰ ਪਾਇਆ ਨਹੀਂ ਹੈਗਾ ਜਿਵੇਂ ਹੁਣ ਇੰਨੇ ਚਿਰ ਹੋ ਗਿਆ ਤੈਨੂੰ ਉਰੇ ਆਈ ਨੂੰ ਜਦ ਵੀ ਦੇਖਦਿਆਂ ਫੋਨ ਕਰਦੀ ਹਾਂ ਮਨ ਖਰਾਬ ਕਰੀ ਜਾਂਦੀ ਹਾਂ ਗੱਲਾਂ ਕਰ ਕਰਕੇ ਕੋਈ ਗੱਲ ਨਹੀਂ ਪੁੱਤ ਰੋ ਨਾ ਮੇਰੇ ਤੋਂ ਨਹੀਂ ਚੱਲ ਹੁੰਦਾ ਹੈਗਾ ਮੰਮੀ ਰੋਵਾਂ ਨਾ ਤਾਂ ਹੋਰ ਕੀ ਕਰਾਂ ਤੁਹਾਡੇ ਸਾਹਮਣੇ ਮੈਂ ਭਾਬੀ ਦੇ ਕਿੰਨੇ ਚਾਅ ਕੀਤੇ ਅਤੇ ਅੱਜ ਫਿਰ ਵੀ ਭਾਬੀ ਮੈਨੂੰ ਹੀ ਬੋਲਦੇ ਮੈਂ ਤਾਂ ਹੁਣ ਇੱਥੇ ਆਉਂਦੀ ਵੀ ਨਹੀਂ ਮੈਂ ਤਾਂ ਛੱਡ ਹੀ ਦਿੱਤਾ ਮੈਂ ਕਿਹਾ ਮੇਰਾ ਪਰਛਾਵਾਂ ਪਵੇ ਹੀ ਨਾ ਕਦੀ ਹੁਣ ਪੁੱਤ ਇਹ ਪਰਛਾਵੇ ਕਾਹਦੇ ਰਹਿ ਗਏ ਇਹ ਵੀ ਹੁਣ ਤੇਰੇ ਵਰਗੀ ਵੀ ਹੋ ਗਈ ਚਿੰਤਾ ਨਾ ਕਰ ਕੋਈ ਨਾ ਘਬਰਾ ਨਾ ਤੂੰ ਮਨ ਨਾ ਖਰਾਬ ਕਰਿਆ ਕਰ ਨਾ ਮੰਮੀ ਇੱਦਾਂ ਨਾ ਕਹੋ ਰੱਬ ਦੀ ਘਰ ਦੇਰ ਜ਼ਰੂਰ ਆ ਪਰ ਹਨੇਰ ਨਹੀਂ ਗਾ ਮੈਂ ਨਹੀਂ ਚਾਹੁੰਦੀ ਹੈਗੀ ਕਿ ਭਾਬੀ ਨਾਲ ਮੇਰੇ ਵਾਂਗੂ ਇੰਨਾ ਚਿਰ ਲੰਘੇ ਕੋਈ ਗੱਲ ਨਹੀਂ ਡਾਕਟਰਾਂ ਨੇ ਕਹਿ ਤਾ ਪਰ ਲੇਕਿਨ ਕੋਈ ਗੱਲ ਨਹੀਂ ਮੈਨੂੰ ਇੰਨਾ ਯਕੀਨ ਆ ਕਿ ਭਾਬੀ ਦੀ ਝੋਲੀ ਜ਼ਰੂਰ ਹਰੀ ਹੋਊਗੀ ਭਾਬੀ ਨੇ ਮੇਰੇ ਨਾਲ ਜੋ ਮਰਜ਼ੀ ਕਰਿਆ ਹੋਵੇ ਪਰ ਲੇਕਿਨ ਮੇਰੇ ਦਿਲ ਦੇ ਵਿੱਚ ਅੱਜ ਵੀ ਉਹਦੇ ਲਈ ਇੰਨਾ ਹੀ ਪਿਆਰ ਆ ਜਿੰਨਾ ਪਹਿਲਾਂ ਸੀ ਮੈਂ ਤਾਂ ਹੁਣ ਵੀ ਰੱਬ ਤੋਂ ਉਹਦੇ ਮੁੰਡੇ ਰੋਜ਼ ਮੰਗਦੀ ਹਾਂ ਕਿ ਬਾਬਾ ਜੀ ਕਿ ਮੇਰੀ ਭਾਬੀ ਦੀ ਝੋਲੀ ਪਾ ਦੇ ਆ ਬਹੁਤ ਵਧੀਆ ਗੱਲ ਆ ਜਿਹੜੀ ਤੂੰ ਬੇਨਤੀ ਫਰਿਆਦ ਕਰਦੀ ਹੈ ਨਾ ਆਪਦੀ ਭਰਜਾਈ ਲਈ ਕੋਈ ਪਤਾ ਨਹੀਂ ਹੁੰਦਾ ਰੱਬ ਦਾ ਰੱਬ ਦੇ ਘਰ ਦਾ ਹੈ ਤੇਰੀ ਵੀ ਝੋਲੀ 'ਚ ਫਲ ਪੈ ਜਾਵੇ ਤੇਰੀ ਵੀ ਮਾਲਕ ਝੋਲੀ ਭਰ ਦੇਵੇ ਚਲੋ ਠੀਕ ਆ ਮੰਮੀ ਮੈਂ ਫਿਰ ਫੋਨ ਕਰੂੰਗੀ ਤੁਹਾਨੂੰ ਚੱਲ ਚੰਗਾ ਪੁੱਤ ਠੀਕ ਆ ਖਿਆਲ ਰੱਖੀ ਆਪਣਾ ਹੁਣ ਤੂੰ ਹਾਂ ਠੀਕ ਆ ਚੰਗਾ ਹਾਂ ਹਾਂ ਠੀਕ ਆ ਪੁੱਤ ਤੂੰ ਠੀਕ ਠਾਕ ਹਾਂ ਹਾਂ ਚਲੋ ਵਧੀਆ ਕਾਹਦੀ ਖੁਸ਼ ਖਬਰੀ ਅੱਛਾ ਫਿਰ ਤਾਂ ਵਧੀਆ ਠੀਕ ਆ ਵਧੀਆ ਫਿਰ ਤਾਂ ਚਲੋ ਵਧੀਆ ਰੱਬ ਨੇ ਕਹਿੰਦੇ ਹੁੰਦੇ ਨੇ ਸੁਣ ਲਈ ਅੱਜ ਆਉਣਾ ਨਾ ਹਾਂ ਠੀਕ ਆ ਫਿਰ ਆ ਜਾ ਟਾਈਮ ਨਾਲ ਹੀ ਚੰਗਾ ਮੈਂ ਤਿਆਰੀ ਕਰਕੇ ਰੱਖਦੀ ਹਾਂ ਚੰਗਾ ਆ ਜਾ ਇਹਦਾ ਮਤਲਬ ਦੀਦੀ ਜੀ ਅੱਛਾ ਆਉਣ ਵਾਲਾ ਪਰ ਡਾਕਟਰਾਂ ਨੇ ਤਾਂ ਜਵਾਬ ਦਿੱਤਾ ਸੀਗਾ ਨਹੀਂ ਨਹੀਂ ਕੋਈ ਹੋਰ ਗੱਲ ਹੋਣੀ ਆ ਪਰ ਹੋਰ ਗੱਲ ਵੀ ਕਿਹੜੀ ਹੋ ਸਕਦੀ ਆ ਇਹੀ ਗੱਲ ਹੀ ਹੋਣੀ ਆ ਖੁਸ਼ਖਬਰੀ ਵਾਲੀ ਜਿਹੜੀ ਮੰਮੀ ਵੀ ਇੰਨੀ ਖੁਸ਼ ਹੋ ਗਈ ਜੇ ਦੀਦੀ ਦੇ ਹੋ ਸਕਦਾ ਫਿਰ ਮੇਰੇ ਪ੍ਰੀਤੀ ਉੜੇ ਪ੍ਰੀਤੀ ਹਾਂਜੀ ਮੰਮੀ ਕੀ ਹੋ ਗਿਆ ਆਉਣਾ ਤਾਂ ਕੀ ਆ ਹਾਂਜੀ ਮੈਂ ਕਿਹਾ ਲਵਪ੍ਰੀਤ ਨੇ ਆਉਣਾ ਵਾ ਤੈਨੂੰ ਪਤਾ ਹੀ ਆ ਵੀ ਕਿੰਨੇ ਚਿਰ ਬਾਅਦ ਫੋਨ ਆਇਆ ਸੀਗਾ ਉਹਦਾ ਮੈਨੂੰ ਵੀ ਉਹੀ ਗੱਲ ਨਾ ਹੋਵੇ ਉਹਨੂੰ ਦੇਖ ਕੇ ਮੱਥੇ ਨਾ ਵੱਟ ਪਾਏ ਮੇਰਾ ਮਨ ਵੀ ਕੋਈ ਕੰਮ ਸੀਗਾ ਉਹਨਾਂ ਨੂੰ ਕੰਮ ਤਾਂ ਜਿਹੜਾ ਹੈਗਾ ਠੀਕ ਆ ਬਾਕੀ ਮਾਲਕ ਨੇ ਉਹਦੀ ਸੁਣ ਲਈ ਝੋਲੀ ਭਰਤੀ ਜਿਹਦੀ ਆਪਾਂ ਨੂੰ ਕਹਿੰਦੇ ਹੁੰਦੇ ਆ ਆਸ ਸੀਗੀ ਆਪਾਂ ਉਹ ਰੋਜ਼ ਬੇਨਤੀ ਫਰਿਆਦ ਕਰਦੀ ਸੀਗੀ ਰੱਬ ਨੇ ਉਹਦੀ ਸੁਣ ਲਈ ਅੱਛਾ ਮੰਮੀ
सुन ली, पर डॉक्टर ने तो कहा सी बच्चा होना नहीं है। डॉक्टर तो पुत बहुत कुछ कहते होंगे, जब आप कहते होंगे मन साफ नाल ना सीधी नीत करके मंगते हैं ना कुछ, फिर जरूर हासिल होंगे ही होंगे वा, जरूर रब दिता झोली भरता ही भरता। चलो ठीक है मम्मी। और मैं तो इस करके तेन दसा वा भी उन्हें आना वा, कोई गल नहीं, चाह पानी पुछी तो खुश रही, मत्थे बट ना पाई मेरा मन उन्होंने देख के। चंगा ठीक है मम्मी। हाँ मम्मी। हाँ सत श्रीकाल जी। अपनी मम्मी कितने? मम्मी अंदर ही ने। मम्मी मम्मी। हाँ आ जा ले आ। मैनू पता लग गया जब मेरे ना फोन ते गल करती सी तू। चलो बहुत वधिया हो गया पुत, रब ने तेरी झोली भर तंदुरुस्ती दे। मार दिने कोई ना। प्रीति भाभी आ जाओ, चाचो फिर कर लेंगे। आ जाओ मजा कोड़े पाई मेरे पापी। बस दीदी कोई ना, तुसी बैठो, मम्मी मैं पानी पा के रखा हुआ है, तुसी ले आओगे। तू ले आना सी रसोई चोई तो आई सी। मम्मी इदा करो, मैं चाह भी धर दिनी हाँ, तुसी पा के ले आयो नाले पानी ले आयो। मम्मी की होया भाभी नूं? की पता, मैं तो सारी गल समझाई आं, आए लगता जिमें ना अंदरों अंदर ही जिमें कहते होंगे ने तड़फना जी हो गई होंगी है भी। क्यों नहीं मम्मी इदा तो हो नहीं सकता है भी, भाभी आए किसी ने देख के आए करके कह रही है मैनू भी मम्मी तू आप ही ले आई, नहीं आप चाई चाई आँदी हो भी चाह पानी लैके। ये कड़ी गल सी, जे उन्हें चाह हों तो भज कह के तेन मिलती तो चाह पानी पुछदी, पुछन की भी कड़ी गल होंगी, लैके ही आँदी बना के जब सी रसोई दे विच हक बनता से जद ही लैके आने का। हाँ मम्मी बारे भी ना मैं भाभी नूं मिलन लगी जप्पी पा के, तो उन्होंने मेरे न बस सत श्रीकाल ही कहती। खिज जावे भी हाँ ये क्यों रब ने सुन ली, ऐदा थोड़ा कोई सोचता होंगे वा। मम्मी तुम इतने बैठो, मैं जाके गल कर दी भाभी, पुछदी उन्होंने की गल। कोई ना पता तू गास नूं करनी सी, चाह पानी बनिया पिया मैं चक ही लिया आवाज मारन लगी सी। मम्मी चाह लै लें आके। कोई नी की करते ने, कोई गल है थोड़े दिल च? नहीं दीदी कोई गल नहीं हैगी, तुसी बैठो जाके। हाथ क्यों इदा क्यों कर दिया? पहला भी मेरे जोखी पा के नहीं मिले, की गल है? कोई गल है दिमाग च तुहाडे? बोल देगा तो नहीं भाभी, बोलो तो सही की गल होगी, चुप क्यों कर गए तुसी? बोलो तुसी खुश नहीं होए मेरे ते? नहीं नहीं दीदी खुश तो बहुत हाँ, जो कुछ मैं थोड़े नाल कीता सी ना अज उही मेरे नाल हो गया। जिदा मैं थोनू कहा सी ना थोड़ा मेरे ते परछावा पै गया, तो मैनू डर लगता कि अज मेरा परछावा थोड़े ना पै जाए। पापी मेरी गल सुनो, सारिया की सोच एको जी नहीं होंगी, तो नाले मेरी ये सोच नहीं हैगी। मैं सब तो पहले नंबर पर यह सोचती हूँ कि जिदा बंदा जे कुछ गलत सोचता तो वह ना गलत ही होंगे वा, पर लेकिन कभी गलत नहीं सोचना चाहिए, हमेशा पॉजिटिव सोचना चाहिए वा। पापी कभी गलत ना सोचो, हमेशा सही सही सोचो तो थोड़े ना सही ही होंगे जाऊगा, जो तुम गलत सोचोगे तो गलत होगा। ਇੱਦਾਂ ਦੀਆਂ ਭਾਬੀ ਪਰਛਾਵੇਂ ਵਾਲੀਆਂ ਕੋਈ ਗੱਲਾਂ ਨਹੀਂ ਹੁੰਦੀਆਂ ਹੈਗੀਆਂ, ਮੈਨੂੰ ਵੀ ਤਾਂ ਡਾਕਟਰਾਂ ਨੇ ਜਵਾਬ ਦਿੱਤਾ ਸੀ, ਪਰ ਰੱਬ ਤੋਂ ਵੱਡਾ ਕੁਛ ਨਹੀਂ ਹੁੰਦਾ। ਮੈਂ ਤਾਂ ਹਮੇਸ਼ਾ ਰੱਬ 'ਤੇ ਹੀ ਆਸ ਰੱਖੀ ਸੀ ਅਤੇ ਉਹਨਾਂ ਨੇ ਮੇਰੀ ਆਸ ਮੁਰਾਦ ਪੂਰੀ ਕੀਤੀ। ਮੈਂ ਤਾਂ ਉਹਨਾਂ ਨੂੰ ਇਹ ਕਿਹਾ ਸੀ ਕਿ ਜਿੰਨੀ ਚਿਰ ਤੱਕ ਤੁਸੀਂ ਮੇਰੀ ਝੋਲੀ ਨਹੀਂ ਨਾ ਭਰਦੇ ਮੈਂ ਆਪਣੇ ਪੇਕੇ ਨਹੀਂ ਜਾਊਂਗੀ, ਚਾਹੇ ਕੁਛ ਮਰਜ਼ੀ ਹੋ ਜਾਏ। ਅਤੇ ਅੱਜ ਮੇਰੀ ਰੱਬ ਨੇ ਸੁਣ ਵੀ ਲਈ, ਮੈਂ ਦੋ ਹੀ ਟਾਈਮ ਰੱਬ ਦਾ ਨਾਂ ਲੈਂਦੀ ਸੀ, ਉਹਨਾਂ ਤੋਂ ਵੱਡਾ ਕੋਈ ਨਹੀਂ ਗਾ, ਮੇਰੀਆਂ ਸਾਰੀਆਂ ਰਿਪੋਰਟਾਂ ਸਹੀ ਆ ਗਈਆਂ।
ਤੇ ਰੱਬ ਨੇ ਮੇਰੀ ਸੁਣ ਲਈ। ਤੁਹਾਡੇ ਤੇ ਮੇਰੇ ਦੀਦੀ ਕਿੰਨਾ ਫਰਕ ਆ, ਮੇਰੀ ਕਿੱਦਾਂ ਦੀ ਸੋਚ ਆ ਤੇ ਤੁਹਾਡੀ ਕਿੱਦਾਂ ਦੀ ਸੋਚ ਆ। ਪਤਾ ਨਹੀਂ ਮੈਂ ਤੁਹਾਡੇ ਬਾਰੇ ਕੀ ਸੋਚੀ ਗਈ ਸੀਗੀ ਕਿ ਤੁਹਾਡੇ ਕਰਕੇ ਮੇਰੇ ਨਾਲ ਆਹ ਕੁਛ ਹੋਇਆ ਵਾ, ਤੇ ਤੁਹਾਨੂੰ ਮੈਂ ਇੰਨੀ ਦੇਰ ਤੱਕ ਘਰੇ ਆਉਣ ਵਾਸਤੇ ਵੀ ਨਹੀਂ ਕਿਹਾ। ਤੁਹਾਡੇ ਤੇ ਕੀ ਬੀਤੀ ਹੋਣੀ ਆ ਆਪਣੀ ਮਾਂ ਤੋਂ ਦੂਰ ਰਹਿ ਕੇ। ਚੱਲ ਕੋਈ ਨਾ ਭਾਬੀ, ਜੋ ਲਿਖਿਆ ਹੋਇਆ ਸੀ ਨਾ ਉਹ ਹੋ ਕੇ ਹੀ ਖੜਨਾ ਸੀ। ਆਹ ਟਾਈਮ ਆਉਣਾ ਸੀ ਤਾਂ ਮੈਂ ਰੱਬ ਨੂੰ ਧਿਆਉਣਾ ਸੀਗਾ ਤੁਹਾਡੇ ਕਈਆਂ ਗੱਲਾਂ ਤੋਂ। ਮੈਂ ਰੱਬ ਦੇ ਵਿੱਚ ਹੀ ਲੀਨ ਹੋ ਗਈ, ਬਸ ਉਹਨਾਂ ਨੂੰ ਹੀ ਧਿਆਉਂਦੀ ਰਹੀ ਮੈਂ। ਤੇ ਨਾਲੇ ਭਾਬੀ ਮੈਂ ਤਾਂ ਇਹ ਵੀ ਸੋਚਿਆ ਹੋਇਆ ਵਾ ਕਿ ਜਦੋਂ ਮੇਰਾ ਬੱਚਾ ਇਸ ਦੁਨੀਆ ਤੇ ਆਊਗਾ ਨਾ ਤੇ ਪਹਿਲਾਂ ਮੈਂ ਤੁਹਾਡੀ ਝੋਲੀ ਚ ਪਾਉਣਾ ਆ ਤਾਂ ਕਿ ਰੱਬ ਤੁਹਾਡੀ ਵੀ ਝੋਲੀ ਭਰੇ। ਤੁਹਾਡੇ ਤੋਂ ਦੀਦੀ ਮੈਂ ਬਹੁਤ ਜ਼ਿਆਦਾ ਖੁਸ਼ ਹਾਂ, ਮੈਨੂੰ ਪਤਾ ਨਹੀਂ ਸੀਗਾ ਤੁਸੀਂ ਮੇਰੇ ਬਾਰੇ ਇੰਨਾ ਚੰਗਾ ਸੋਚਦੇ। ਚਲੋ ਭਾਬੀ ਗੱਲੇ ਮਿਲ ਲਓ। ਇੰਨਾ ਟਾਈਮ ਹੋ ਗਿਆ ਪਤਾ ਨਹੀਂ ਕੀ ਕਰੀ ਜਾਂਦੀ ਨੇ ਰਸੋਈ ਦੇ ਵਿੱਚ। ਲਵਪ੍ਰੀਤ, ਇਹ ਕੁੜੀ ਲਵਪ੍ਰੀਤ ਕੀ ਕਰੀ ਜਾਂਦੀ ਹੋ, ਕਿੰਨਾ ਟਾਈਮ ਹੋ ਗਿਆ ਹੈ। ਲੈ ਮੰਮੀ ਕੀ ਕਰਨਾ ਵਾ, ਅਸੀਂ ਤਾਂ ਸਾਰੇ ਮਨ ਮਟਾਵ ਖਤਮ ਕਰਨ ਗਏ ਹੋਏ ਸੀਗੇ। ਅਸੀਂ ਤਾਂ ਗੱਲ ਰਾਹੀਂ ਇਹੀ ਗੱਲਾਂ ਕਰਦੇ ਸੀਗੇ ਕਿ ਭਾਬੀ ਏਦਾਂ ਦੀਆਂ ਕੋਈ ਗੱਲਾਂ ਨਹੀਂ ਹੁੰਦੀਆਂ, ਵਹਿਮ ਭਰਮ ਵਾਲੀਆਂ, ਇਹੋ ਜਿਹਾ ਕੁਛ ਨਾ ਸੋਚੋ। ਤੁਸੀਂ ਇਹ ਨਾ ਸੋਚੋ ਕਿ ਜਿੱਦਾਂ ਤੁਸੀਂ ਸੋਚਦੇ ਸੀ ਮੈਂ ਵੀ ਉੱਦਾਂ ਹੀ ਸੋਚਦੀ ਹਾਂ। ਮੰਮੀ ਭਾਬੀ ਨੂੰ ਨਾ ਸਾਰੀ ਗੱਲਬਾਤ ਸਮਝ ਲੱਗ ਗਈ ਤੇ ਨਾਲੇ ਤੁਹਾਨੂੰ ਵੀ ਏਦਾਂ ਹੀ ਸਾਰੀ ਗੱਲਬਾਤ ਸਮਝਣੀ ਚਾਹੀਦੀ ਆ। ਦੇਖੋ ਜੀ ਆਪਣੇ ਆਸ ਗੁਆਂਢ ਦੇ ਵਿੱਚ ਕਿਤੇ ਵੀ ਏਦਾਂ ਦੀ ਲੇਡੀਜ਼ ਬਹੁਤ ਹੁੰਦੀਆਂ ਨੇ ਜਿਨ੍ਹਾਂ ਦੇ ਵਿਚਾਰਿਆਂ ਦੇ ਬੱਚਾ ਨਹੀਂ ਹੁੰਦਾ ਹੈਗਾ ਤੇ ਲੋਕੀ ਉਹਨਾਂ ਤੋਂ ਨਫ਼ਰਤ ਕਰਦੇ ਨੇ ਤੇ ਉਹਨਾਂ ਨੂੰ ਹੋਰ ਨਜ਼ਰ ਨਾਲ ਦੇਖਦੇ ਨੇ ਤੇ ਬੱਚਾ ਨਹੀਂ ਉੱਧਰ ਨੂੰ ਜਾਣ ਦਿੰਦੇ ਜਾਂ ਉਹਨਾਂ ਨੂੰ ਫੜਨ ਜਾਂ ਖੇਡਣ ਨਹੀਂ ਦਿੰਦੇ। ਇਹ ਬਹੁਤ ਵੱਡੀ ਗਲਤ ਗੱਲ ਆ, ਇਹ ਰੱਬ ਦੀ ਮਾਰ ਹੁੰਦੀ ਆ, ਕਿਸੇ 'ਤੇ ਵੀ ਹੋ ਸਕਦੀ ਆ। ਪਲੀਜ਼ ਏਦਾਂ ਦੇ ਦੁਰਵਿਵਹਾਰ ਕਿਸੇ ਨਾਲ ਨਾ ਕਰੋ, ਇਹ ਸਭ ਕੁਛ ਰੱਬ ਦੀ ਮਰਜ਼ੀ ਨਾਲ ਹੀ ਮਿਲਦਾ। ਕਦੀ ਕੋਈ ਕਿਸੇ ਦੇ ਦੇਖਣ ਜਾਂ ਸੋਚਣ ਦੇ ਨਾਲ ਜਾਂ ਕਿਸੇ ਦੇ ਬੱਚਾ ਫੜਨ ਦੇ ਨਾਲ ਜਾਂ ਕਿਸੇ ਦਾ ਪਰਛਾਵਾਂ ਪੈਣ ਦੇ ਨਾਲ ਏਦਾਂ ਦੀ ਕੋਈ ਗੱਲ ਨਹੀਂ ਹੁੰਦੀ। ਤੇ ਬਾਕੀ ਗੱਲ ਜੇ ਤੁਹਾਨੂੰ ਕੋਈ ਚਾਵਾਂ ਲਾਡਾਂ ਦੇ ਨਾਲ ਲੈ ਕੇ ਆਉਂਦਾ ਜਾਂ ਵਿਆਹ ਕੇ ਲੈ ਕੇ ਆਉਂਦਾ, ਕਿਉਂਕਿ ਜਿਹੜੀਆਂ ਨਣਦਾ ਹੁੰਦੀਆਂ ਨੇ ਉਹਨੂੰ ਆਪਣੀ ਭਰਜਾਈਆਂ ਦਾ ਬਹੁਤ ਚਾਅ ਹੁੰਦਾ ਹੱਦ ਤੋੜ ਕੇ, ਤੇ ਉਹਨਾਂ ਦੇ ਚਾਵਾਂ ਨੂੰ ਏਦਾਂ ਨਾ ਮਾਰੋ ਤੇ ਸਗੋਂ ਉਹਨਾਂ ਦੇ ਨਾਲ ਪਿਆਰ ਬਣਾ ਕੇ ਰੱਖੋ। ਬਾਕੀ ਸਾਡੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਇਹ ਕਿੱਦਾਂ ਦੀ ਲੱਗੀ। ਸਤਿ ਸ਼੍ਰੀ ਅਕਾਲ ਜੀ।